ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੇ ਹੱਕ ਵਿੱਚ ਪਿੰਡ ਰੋੜਕਾ ਕਲਾਂ ਅਤੇ ਚਿਚਰਾੜੀ ਵਿਖੇ ਭਰਵੀਂ ਮੀਟਿੰਗ ਕੀਤੀ ਗਈ, ਜਿਸ ਵਿੱਚ ਚੌਧਰੀ ਸੰਤੋਖ ਸਿੰਘ ਅਤੇ ਵਿਕਰਮਜੀਤ ਸਿੰਘ ਚੌਧਰੀ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਚੌਧਰੀ ਸੰਤੋਖ ਸਿੰਘ ਵੱਲੋਂ ਰੁੜਕਾ ਕਲਾਂ ਵਿਖੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਬੋਲਦਿਆਂ ਚੌਧਰੀ ਸੰਤੋਖ ਸਿੰਘ ਅਤੇ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਭਾਜਪਾ ਦੀ ਲੋਕ ਮਾਰੂ ਸਰਕਾਰ ਨੂੰ ਦੇਸ਼ ਦੇ ਲੋਕ ਬਦਲਣਾ ਚਾਹੁੰਦੇ ਹਨ ਅਤੇ ਲੋਕਾਂ ਵਿੱਚ ਕਾਂਗਰਸ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਹੈ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਲੋਕ ਇਸ ਵਾਰ ਕਾਂਗਰਸ ਪਾਰਟੀ ਨੂੰ ਆਪਣਾ ਫਤਵਾ ਦੇ ਕੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਾਉਣਗੇ। ਇਸ ਮੌਕੇ ਉਹਨਾਂ ਲੋਕਾਂ ਨੂੰ 19 ਮਈ ਵਾਲੇ ਦਿਨ 5 ਦੇ ਨਿਸ਼ਾਨ ਵਾਲਾ ਬਟਨ ਦਬਾ ਕੇ ਚੌਧਰੀ ਸੰਤੋਖ ਸਿੰਘ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਲੋਕਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਆਪਣਾ ਇੱਕ ਇੱਕ ਵੋਟ ਚੌਧਰੀ ਸੰਤੋਖ ਸਿੰਘ ਦੇ ਹੱਕ ਵਿੱਚ ਪਾਉਣਗੇ। ਇਸ ਮੌਕੇ ਸੰਜੇ ਅਟਵਾਰ, ਰਾਕੇਸ਼ ਦੁੱਗਲ, ਦਾਰਾ ਸਿੰਘ ਰਾਏ, ਬਲਾਕ ਸੰਮਤੀ ਮੈਂਬਰ ਸਰੂਪ ਕੁਮਾਰ, ਬਲਾਕ ਸੰਮਤੀ ਮੈਂਬਰ ਤਰਸੇਮ ਸਿੰਘ, ਗੁਰਵਿੰਦਰ ਸਿੰਘ ਸੰਧੂ, ਸੁਭਾਸ਼ ਮੈਣੀ, ਗੁਰਵਿੰਦਰ ਸਿੰਘ ਗਿੰਦਾ, ਜਗਮਿੰਦਰਪਾਲ ਸਿੰਘ, ਚੰਦਨ ਤਿਵਾੜੀ, ਰਵਿੰਦਰ ਸਿੰਘ ਰੀਹਲ, ਜਗਜੀਵਨ ਸਿੰਘ ਪੋਗਲ, ਬਲਦੇਵ ਸਿੰਘ ਪੋਗਲ, ਸਤਪਾਲ ਤਿਵਾੜੀ, ਮਾਸਟਰ ਬੂਟਾ ਰਾਮ ਕਈ, ਰਣਜੀਤ ਸਿੰਘ ਜੌਹਲ, ਡਾਕਟਰ ਚਮਕੌਰ ਸਿੰਘ, ਰਾਣਾ ਸਿੰਘ UK, ਸੁਖਵਿੰਦਰ ਸਿੰਘ ਕਾਕਾ, ਸਾਬਕਾ ਬਲਾਕ ਸੰਮਤੀ ਮੈਂਬਰ ਬੂਟਾ ਸਿੰਘ ਢੇਸੀ, ਸਰਪੰਚ ਜੀਤਾ ਢੇਸੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਮੌਜੂਦ ਸਨ। ਲੋਕ ਸਭਾ ਦੀ ਇਲੈਕਸ਼ਨ ਦੀ ਕੰਪੇਨ ਜਿਹੜੀ ਉਹ ਚਿਚਰਾੜੀ ਵਿਖੇ ਇਸ ਵਾਰ ਵਕਤ ਮੈਂ ਆਇਆ ਔਰ ਇਸ ਮੀਟਿੰਗ ਵਿੱਚ ਬਹੁਤ ਭਾਰੀ ਗਿਣਤੀ ਵਿੱਚ ਮਹਿਲਾਵਾਂ ਔਰ ਮਰਦ ਇਕੱਠੇ ਹੋਏ ਹੈ ਔਰ ਇਹਨਾਂ 'ਚ ਬੜਾ ਭਾਰੀ ਜੋਸ਼ ਹੈ। ਇਹ ਦੇਸ਼ ਦੀ ਸਰਕਾਰ ਮੋਦੀ ਸਾਹਿਬ ਦੀ ਜਿਹੜੀ ਲੋਕ ਮਾਰੂ ਸਰਕਾਰ ਹੈ ਉਸ ਨੂੰ ਬਦਲਣਾ ਚਾਹੁੰਦੇ ਹੈ ਔਰ ਇਹਨੇ ਅੱਜ ਇੱਥੇ ਪ੍ਰਣ ਕੀਤਾ, ਸੰਕਲਪ ਕੀਤਾ ਕਿ ਇਸ ਪਿੰਡ ਦੀ ਇੱਕ ਇੱਕ ਵੋਟ ਹੈ ਜਿਹੜੀ ਉਹ ਕਾਂਗਰਸ ਪਾਰਟੀ ਨੂੰ ਜਾਏਗੀ, ਕਿਉਂਕਿ ਇਹ ਸਮਝਦੇ ਹੈ ਕਿ ਕਾਂਗਰਸ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਧਰਮ ਨਿਰਪੱਖ ਪਾਰਟੀ ਹੈ, ਗਰੀਬ ਪੱਖੀ ਪਾਰਟੀ ਹੈ, ਦਲਿਤ ਪੱਖੀ ਪਾਰਟੀ ਹੈ ਔਰ ਕਿਸਾਨ ਪੱਖੀ ਪਾਰਟੀ ਹੈ। ਸੋ ਇਹਨਾਂ ਨੇ ਸਾਰੇ ਪਿੰਡ ਨੇ ਇਹ ਫੈਸਲਾ ਕੀਤਾ ਕਿ ਇੱਥੋਂ ਸਾਰੀਆਂ ਵੋਟਾਂ ਜਿਹੜੀਆਂ ਮੈਨੂੰ ਕਾਂਗਰਸ ਕੈਂਡੀਡੇਟ ਪਾਉਣ। ਅੱਜ ਰੁੜਕਾ ਕਲਾਂ ਵਿਖੇ ਕਾਂਗਰਸ ਦਾ ਦਫ਼ਤਰ ਖੋਲ੍ਹਣ 'ਤੇ ਮੈਂ ਰੁੜਕਾ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਮੈਨੂੰ ਪੂਰਨ ਆਸ ਹੈ ਵੀ ਇੱਥੇ ਜਿਹੜੀ ਕਾਂਗਰਸ ਦੀ ਕੰਪੇਨ ਹੈ ਬਹੁਤ ਅੱਛੇ ਢੰਗ ਦੇ ਨਾਲ ਚੱਲੇਗੀ। ਅੱਜ ਦਫ਼ਤਰ ਖੋਲ੍ਹਣ ਦੇ ਸਮੇਂ ਕਾਂਗਰਸ ਨੇ ਅਹੁਦੇਦਾਰ ਦੀ ਅਨਾਊਂਸਮੈਂਟ ਕੀਤੀ ਹੈ, ਰੁੜਕਾ ਕਲਾਂ ਦੇ ਪ੍ਰਧਾਨ ਗੁਰਵਿੰਦਰ ਸਿੰਘ ਸੰਧੂ ਨੂੰ ਬਣਾਇਆ ਹੈ ਔਰ ਤਰਸੇਮ ਸਿੰਘ ਕਾਨਾ ਢੇਸੀਆਂ ਤੋਂ ਉਹਨਾਂ ਨੂੰ ਬਲੋਕ ਦੇ ਵਾਈਸ ਪ੍ਰਧਾਨ, ਪਖੜ ਸਿੰਘ ਸੂਰਜਿਆਂ ਨੂੰ ਵੀ ਵਾਈਸ ਪ੍ਰਧਾਨ ਬਲੋਕ ਦੇ ਬਣਾਇਆ। ਅੱਜ ਮੈਂ ਸਮੂਹ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈ ਔਰ ਆਸ ਕਰਦਾ ਜਿਹੜੇ ਸਾਡੇ ਨਵੇਂ ਅਹੁਦੇਦਾਰ ਬਣੇ ਨੇ ਉਹ ਜਿੰਦ ਜਾਨ ਦੇ ਨਾਲ ਕੰਮ ਕਰਨਗੇ ਔਰ ਕਾਂਗਰਸ ਨੂੰ ਹਮੇਸ਼ਾ ਇੱਥੋਂ ਜਿਸ ਤਰ੍ਹਾਂ ਲੀਡ ਲੈਂਦੀ ਹੈ ਔਰ ਲੀਡ ਲੈ ਕੇ ਦੇਣਗੇ। ਮੈਂ ਇਹਨਾਂ ਦਾ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਜੈ ਰੁੜਕਾ ਕਲਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਚੋਣ ਦਫ਼ਤਰ ਜਿਹੜਾ ਖੋਲ੍ਹਣ ਜਾ ਰਹੇ ਹਾਂ, ਜਿਹਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟ ਜਿਹੜੇ ਪਹਿਲਾਂ ਸਰਦਾਰ ਸੰਤੋਖ ਸਿੰਘ ਸੀ ਉਹਨਾਂ ਨੂੰ ਹੀ ਦੁਬਾਰਾ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਆ ਔਰ ਵੱਡੇ ਮਾਰਜਨ ਦੇ ਨਾਲ ਜਿਤਾਉਣ ਦੇ ਲਈ ਅਸੀਂ ਰੁੜਕਾ ਕਲਾਂ ਦੇ ਵਿੱਚ ਚੋਣ ਦਫ਼ਤਰ ਨੂੰ ਖੋਲ੍ਹ ਰਹੇ ਹਾਂ। ਨੌਜਵਾਨਾਂ ਦੇ ਵਿੱਚ ਭਾਰੀ ਉਤਸ਼ਾਹਤ ਵਾ ਔਰ ਜਿਵੇਂ ਪਿਛਲੇ 5 ਸਾਲਾਂ ਦੇ ਵਿੱਚ ਮੋਦੀ ਸਰਕਾਰ ਦੀਆਂ ਨਾਕਾਮਯਾਬੀਆਂ ਲੋਕਾਂ ਨੂੰ, ਜਿੱਥੇ ਜ਼ਿਮੀਂਦਾਰਾਂ ਨੂੰ, ਦਲਿਤ ਸਮਾਜ ਨੂੰ, ਹਰ ਵਰਗ ਨੂੰ ਜਿਹੜਾ ਦੁਖੀ ਕੀਤਾ, ਬੈਂਕਾਂ ਦੀਆਂ ਲਾਈਨਾਂ ਲਵਾ ਲਵਾ ਕੇ ਉਹਨਾਂ ਨੇ ਆਪਣੇ ਪੈਸੇ ਲੈਣ ਲਈ ਲੋਕ ਬੜੇ ਤੰਗ ਹੋਏ ਆ, ਕਰਜ਼ੇ ਕੋਈ ਮਾਫ਼ ਨਹੀਂ ਸੀ ਕੀਤੇ ਸਰਕਾਰ ਸੈਂਟਰ ਦੀ ਨੇ, ਅੱਜ ਉਹਨਾਂ ਦੇ ਖਿਲਾਫ਼ ਬਹੁਤ ਵੱਡਾ ਜਿਹੜਾ ਫਤਵਾ ਆ ਲੋਕ ਦੇਣ ਜਾ ਰਹੇ ਆ ਇਸ ਲੋਕ ਸਭਾ ਦੇ ਸੀਟਾਂ ਦੇ ਉੱਤੇ। ਅਸੀਂ ਸਾਰੇ ਸਮੂਹ ਨਗਰ ਨਿਵਾਸੀਆਂ ਨੂੰ, ਇਲਾਕਾ ਨਿਵਾਸੀਆਂ ਨੂੰ
ਅਤੇ ਸਾਰੇ ਦੇਸ਼ ਵਾਸੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਸ ਮੋਦੀ ਸਰਕਾਰ ਨੂੰ ਨਿਜਾਤ ਪਾਉਣ ਦੇ ਲਈ ਆਪਣਾ ਇੱਕ ਇੱਕ ਵੋਟ, ਕੀਮਤੀ ਵੋਟ ਜਿਹੜਾ ਉਹ ਪੰਜੇ ਦੇ ਨਿਸ਼ਾਨ 'ਤੇ ਲਾ ਕੇ ਚੌਧਰੀ ਸੰਤੋਖ ਸਿੰਘ ਨੂੰ ਅਤੇ ਕਾਂਗਰਸ ਦੇ ਰਾਹੁਲ ਗਾਂਧੀ ਜੀ ਦਾ ਹੱਥ ਮਜ਼ਬੂਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜੀ ਸਾਰਿਆਂ ਨੂੰ ਦੋਸਤੋ, ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਲੋਕ ਸਭਾ ਦਾ ਜੋ ਚੋਣਾਂ ਦਾ ਵਿਗਲ ਆ ਵੱਜ ਚੁੱਕਾ ਆ, ਅਤੇ ਆਪਣੇ ਜਲੰਧਰ ਤੋਂ ਮੈਂਬਰ ਆਫ ਪਾਰਲੀਮੈਂਟ ਦੀ ਜਿਹੜੀ ਚੋਣ ਲੜਨ ਜਾ ਰਹੇ ਆ ਕਾਂਗਰਸ ਪਾਰਟੀ ਦੇ ਚੌਧਰੀ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਪਹਿਲਾਂ ਵੀ ਆਪਣੇ ਇਲਾਕੇ ਦੇ ਵਿੱਚ 5 ਸਾਲ ਸੇਵਾ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਆ, ਅਤੇ ਆਉਣ ਵਾਲੇ ਵੀ 5 ਸਾਲਾਂ ਦੇ ਲਈ ਆਪਾਂ ਉਹਨਾਂ ਨੂੰ ਪੰਜੇ ਦੇ ਉੱਤੇ ਮੂਹਰਾਂ ਲਾ ਕੇ ਉਹਨਾਂ ਨੂੰ ਆਪਾਂ ਆਉਣ ਵਾਲੇ ਮੈਂਬਰ ਪਾਰਲੀਮੈਂਟ ਦੇ ਤੌਰ 'ਤੇ ਲੋਕ ਸਭਾ ਦੇ ਵਿੱਚ ਭੇਜਣਾ। ਇਹ ਦੋਸਤੋ ਕੋਈ ਛੋਟੀ ਮੋਟੀ ਗੱਲ ਨਹੀਂ, ਪੂਰੇ ਆਪਾਂ ਦੇਸ਼ ਦੀ ਸਰਕਾਰ ਚਾਹੁੰਦੀ ਹਾਂ, ਉਹਦੇ ਲਈ ਜ਼ਰੂਰੀ ਨਹੀਂ ਇਕੱਲਾ ਰੁੜਕਾ ਤੋਂ, ਆਪਣੇ ਪੂਰੇ ਇਲਾਕੇ ਦੇ ਵਿੱਚ ਜਿੱਥੇ ਵੀ ਆਪਣੇ ਰਿਸ਼ਤੇਦਾਰ ਯਾਰ ਮਿੱਤਰ ਸੱਜਣ ਆ, ਸਾਰਿਆਂ ਨੂੰ ਕਹਿ ਕੇ ਬੇਨਤੀ ਕਰੋ, ਅਪੀਲ ਕਰੋ ਕਿ ਪੰਜੇ ਦੇ ਉੱਤੇ ਮੋਹਰਾਂ ਲਾ ਕੇ ਚੌਧਰੀ ਸੰਤੋਖ ਸਿੰਘ ਜੀ ਨੂੰ ਆਪਾਂ ਕਾਮਯਾਬ ਕਰੀਏ।